ਸਤਿਕਾਰ ਜੀ, ਮੈਂ ਹਾਂ ਡਾਕਟਰ ਜਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਫੁੱਟ ਚੈਨਲ। ਆਓ ਮਾਰਦੇ ਅੱਜ ਦੀਆਂ ਮੁੱਖ ਖਬਰਾਂ ਤੇ ਇੱਕ ਨਜ਼ਰ। ਵਿਪਸ਼ਨਾ ਕੈਂਪ 'ਚ ਮਨ ਦੀ ਸ਼ਾਂਤੀ ਦੇ ਭਾਲ ਵਿੱਚ ਕਈ ਦਿਨ ਬਿਤਾਉਣ ਤੋਂ ਬਾਅਦ ਪਰਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਲਗਾਤਾਰ ਅਸ਼ਾਂਤ ਚੱਲ ਰਹੇ ਹਨ। ਇਸ ਅਸ਼ਾਂਤੀ ਦਾ ਕਾਰਨ ਆਪ ਦਾ ਪੰਜਾਬ ਯੂਨਿਟ ਹੈ, ਕਿਉਂਕਿ ਅਗਸਤ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਸਟਿੰਗ ਵੀਡੀਓ ਨੇ ਪਾਰਟੀ ਦੇ ਅੰਦਰ ਹਲਚਲ ਮਚਾਈ ਹੋਈ ਸੀ। ਪਾਰਟੀ ਦੇ ਉੱਚ ਪੱਧਰੀ ਸੂਤਰਾਂ ਮੁਤਾਬਕ ਸਟਿੰਗ 'ਚ ਘਿਰੇ ਆਪ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਤੇ ਪਾਰਟੀ ਸੰਵਿਧਾਨ ਮੁਤਾਬਕ ਕਾਰਵਾਈ ਕਰਨ ਦਾ ਰਸਤਾ ਸਾਫ਼ ਕਰ ਰਹੀ ਹੈ। ਇਸ ਲਈ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵੀ ਸਿਗਨਲ ਪ੍ਰਾਪਤ ਹੋ ਗਿਆ ਹੈ ਅਤੇ ਇਸੇ ਹਫ਼ਤੇ ਦੇ ਅੰਦਰ ਆਮ ਆਦਮੀ ਪਾਰਟੀ ਪੰਜਾਬ ਵਿੱਚ ਆਪਣੇ ਕਨਵੀਨਰ ਨੂੰ ਬਦਲ ਦੇਵੇਗੀ। ਪਤਾ ਲੱਗਾ ਹੈ ਕਿ ਸੁੱਚਾ ਸਿੰਘ ਛੋਟੇਪੁਰ ਨੂੰ ਬਰਖਾਸਤ ਕਰਨ ਜਾਂ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣ ਤੱਕ ਦਾ ਫੈਸਲਾ ਲਿਆ ਜਾ ਸਕਦਾ ਹੈ, ਪਰ ਇੰਨਾ ਤੈਅ ਹੈ ਕਿ ਹੁਣ ਛੋਟੇਪੁਰ ਪੰਜਾਬ ਵਿੱਚ ਆਪ ਦੇ ਕਨਵੀਨਰ ਨਹੀਂ ਰਹਿਣਗੇ। ਪਾਰਟੀ ਸੂਤਰਾਂ ਮੁਤਾਬਕ ਵਿਪਸ਼ਨਾ ਕੈਂਪ ਤੋਂ ਪਰਤਣ ਤੋਂ ਤਤਕਾਲ ਬਾਅਦ ਅਰਵਿੰਦ ਕੇਜਰੀਵਾਲ ਨੂੰ ਪਾਰਟੀ ਲੀਡਰਸ਼ਿਪ ਵੱਲੋਂ ਉਹ ਵੀਡੀਓ ਕਲਿੱਪ ਵੀ ਦਿਖਾ ਦਿੱਤੀ ਗਈ ਸੀ, ਜਿਸ 'ਚ ਪਾਰਟੀ ਦੇ ਹੀ ਇੱਕ ਵਲੰਟੀਅਰ ਵੱਲੋਂ ਛੋਟੇਪੁਰ ਨੂੰ ਨਕਦ ਰਾਸ਼ੀ ਜਿਸ ਵਿੱਚ 2 ਲੱਖ ਰੁਪਏ ਹੋਣ ਦਾ ਦਾਅਵਾ ਕੀਤਾ ਗਿਆ ਹੈ ਲੈਂਦੇ ਵਿਖਾਇਆ ਗਿਆ ਹੈ। ਵੀਡੀਓ ਦੇਖਣ ਤੋਂ ਬਾਅਦ ਹੀ ਕੇਜਰੀਵਾਲ ਛੋਟੇਪੁਰ 'ਤੇ ਅੱਗ ਬਬੂਲਾ ਸਨ ਅਤੇ ਇਹੀ ਕਾਰਨ ਹੈ ਕਿ ਛੋਟੇਪੁਰ ਵੱਲੋਂ ਲਗਾਤਾਰ ਮਿਲਣ ਦਾ ਸਮਾਂ ਮੰਗਣ ਦੇ ਬਾਵਜੂਦ ਵੀ ਉਹਨਾਂ ਨੇ ਉਹਨਾਂ ਨਾਲ ਕੋਈ ਵੀ ਮੀਟਿੰਗ ਨਹੀਂ ਸੀ ਕੀਤੀ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਜੋ ਵੀਡੀਓ ਆਪ ਲੀਡਰਸ਼ਿਪ ਕੋਲ ਪਹੁੰਚਿਆ ਹੈ ਤਾਂ ਉਸ ਵਿੱਚ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਵੀਡੀਓ ਬਣਾਉਣ ਵਾਲੇ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਪੈਸਿਆਂ ਦਾ ਪੈਕਟ ਦਿੱਤਾ ਹੈ। ਉੱਧਰ ਛੋਟੇਪੁਰ ਅਨੁਸਾਰ ਉਕਤ ਵਿਅਕਤੀ ਉਹਨਾਂ ਨੂੰ ਪਾਰਟੀ ਦੇ ਵੱਡੇ ਲੀਡਰਾਂ ਦੇ ਹਵਾਲੇ ਨਾਲ ਹੀ ਮਿਲਿਆ ਸੀ। ਹਾਲਾਂਕਿ ਪਾਰਟੀ ਦਾ ਕਹਿਣਾ ਹੈ ਕਿ ਪਾਰਟੀ ਫੰਡ ਲਈ ਪ੍ਰਾਪਤ ਕੀਤੀ ਗਈ ਰਾਸ਼ੀ ਲਈ ਰਸੀਦ ਵੀ ਦਿੱਤੀ ਜਾਂਦੀ ਹੈ, ਪਰ ਛੋਟੇਪੁਰ ਦੀ ਲਾਪਰਵਾਹੀ ਇੱਥੇ ਬਿਲਕੁਲ ਸਾਫ਼ ਝਲਕਦੀ ਹੈ। ਸੁੱਚਾ ਸਿੰਘ ਛੋਟੇਪੁਰ ਵੱਲੋਂ ਕੱਲ੍ਹ ਇਸ ਬਾਰੇ ਆਪਣਾ ਪੱਖ ਪੇਸ਼ ਕੀਤਾ ਜਾ ਸਕਦਾ ਹੈ। ਨਿਊਜ਼ ਡੈਸਕ ਰਿਪੋਰਟ, ਪੰਜਾਬ ਟੂਡੇ। ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਬਾਅਦ ਸਿਆਸੀ ਜ਼ਮੀਨ ਲੱਭ ਰਹੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਾਂਗਰਸ ਦੇ ਬੋਲ ਦਿਨ ਪ੍ਰਤੀ ਦਿਨ ਬਦਲਦੇ ਹੀ ਜਾ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਡਾਕਟਰ ਰਾਜ ਕੁਮਾਰ ਵੇਰਕਾ ਨੇ ਮੀਡੀਆ ਸਾਹਮਣੇ ਸਿੱਧੂ ਦੀਆਂ ਤਾਰੀਫਾਂ ਦੇ ਪੁੱਲ ਬੰਨ ਦਿੱਤੇ ਹਨ। ਵੇਰਕਾ ਦਾ ਕਹਿਣਾ ਹੈ ਕਿ ਸਿੱਧੂ ਪੰਜਾਬ ਲਈ ਚੰਗਾ ਫੈਸਲਾ ਜ਼ਰੂਰ ਲੈਣਗੇ। ਅੰਮ੍ਰਿਤਸਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੇਰਕਾ ਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਕੱਸੇ ਹਨ। ਸਿੱਧੂ ਦੇ ਸੁਹੇਲੇ ਗਾਉਣ ਤੋਂ ਬਾਅਦ ਵੇਰਕਾ ਨੇ ਆਪ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਵੀ ਹੱਲਾਸ਼ੇਰੀ ਦਿੱਤੀ ਹੈ। ਨਹੀਂ ਨਹੀਂ, ਨਵਜੋਤ ਸਿੰਘ ਸਿੱਧੂ ਬੈਸਟ ਆਦਮੀ ਹੈ, ਮੇਰਾ ਦੋਸਤ ਹੈ ਔਰ ਚੰਗਾ ਬੰਦਾ, ਜਿਹੜੇ ਬੰਦੇ ਖਿਲਾਫ਼ ਕੋਈ ਕਰਪਸ਼ਨ ਦਾ ਚਾਰਜ ਨਹੀਂ, ਜਿਹੜਾ ਪੰਜਾਬੀਆਂ ਦੀ ਗੱਲ ਕਰਦਾ, ਪੰਜਾਬੀਅਤ ਦੀ ਗੱਲ ਕਰਦਾ, ਔਰ ਮੈਂ ਸਮਝਣਾ ਕਿ ਪੰਜਾਬ ਵਾਸਤੇ ਉਹ ਚੰਗਾ ਫੈਸਲਾ ਲਏਗਾ, ਉਹਦੀ ਉਡੀਕ ਕਰੋ। ਅੱਛਾ, ਕਾਂਗਰਸ ਜਾ ਸਕਦਾ ਹੋ? ਮੈਂ ਕਹਿੰਦਾ ਕਾਂਗਰਸ ਪਾਰਟੀ ਹਮੇਸ਼ਾ ਸਵਾਗਤ ਕਰੇਗੀ। ਸੁੱਚਾ ਸਿੰਘ ਛੋਟੇਪੁਰ ਦਾ ਪੋਲੀਟੀਕਲ ਜੀਵਨ ਦੇ ਵਿੱਚ ਉਹਨਾਂ ਦੇ ਉੱਪਰ ਕੋਈ ਕਰਪਸ਼ਨ ਦੇ ਚਾਰਜਸ ਪਹਿਲੇ ਨਹੀਂ, ਪਹਿਲਾ ਸ਼ਬਦ ਜੋ ਕੈਪਟਨ ਸਾਹਿਬ ਨੇ ਕਿਹਾ। ਦੂਸਰੀ ਗੱਲ ਇਹ ਹੈਗੀ ਬਈ, ਜਿਹੜਾ ਕਰੰਟ ਕੇਸ ਸਾਹਮਣੇ ਆਇਆ ਉਹਦੀ ਸੱਚਾਈ ਤੇ ਸਾਹਮਣੇ ਆਣੀ ਚਾਹੀਦੀ ਹੈ ਨਾ, ਉਸ ਗੱਲ ਦਾ ਪਤਾ ਤੇ ਲੱਗਣਾ ਚਾਹੀਦਾ। ਇਸ ਲਈ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਮੈਂ ਕਿਹਾ ਬਈ ਉਹ ਲੋਕਾਂ ਦੇ ਸਾਹਮਣੇ ਸੱਚ ਲੈ ਕੇ ਆਉਣ ਕਿ ਉਹ ਪੈਸਾ ਕਿਹਦੇ ਲਈ ਇਕੱਠਾ ਹੋਇਆ, ਉਹ ਲੋਕਾਂ ਨੂੰ ਸੱਚ ਦੱਸਣ ਔਰ ਲੋਕਾਂ ਸਾਹਮਣੇ ਸੱਚਾਈ ਲਿਆਉਣ ਔਰ ਆਪਣਿਆਂ ਨੂੰ ਪਾਕ ਸਾਫ਼ ਸਾਬਤ ਕਰਨ। ਕਾਂਗਰਸ ਪਾਰਟੀ ਉਹਦਾ ਸਵਾਗਤ ਕਰੇਗੀ ਕੇਜਰੀਵਾਲ ਦੀ। ਇੱਕ ਕੇਜਰੀਵਾਲ ਜਿਹੜੇ ਆ, ਜਰਨੈਲ ਸਿੰਘ ਨੇ ਕਿਹਾ ਕਿ ਕੇਜਰੀਵਾਲ ਲੁਧਿਆਣਾ ਜਾਂ ਫਗਵਾੜਾ ਦੇ ਵਿੱਚ ਕਿਸੇ ਜਗ੍ਹਾ ਦੇ ਐਸੀ ਜਗ੍ਹਾ ਤੇ ਆਪਣੀ ਰਿਹਾਇਸ਼ ਰੱਖਣਗੇ ਤਾਂ ਕਿ ਪੰਜਾਬ ਦੇ ਜਿਹੜੀ ਸਿਆਸਤ ਹੈ ਉਹਦੇ ਵਿੱਚ ਚੁਣਾਵੀ ਰਣਨੀਤੀ ਉਹ ਬਣਾ ਸਕਣ, ਸਰਗਰਮੀਆਂ 'ਚ ਹਿੱਸਾ ਲੈ ਸਕਣ, ਤੁਹਾਡਾ ਕਹਿਣਾ? ਮੈਂ ਇੱਕ ਗੱਲ ਤੁਹਾਨੂੰ ਕਹਾਂ, ਕਦੀ ਤੁਸੀਂ ਇੱਕ ਧੋਬੀ ਦਾ ਵੀ ਨਾਂ ਸੁਣਿਆ? ਧੋਬੀ ਦਾ ਸੁਣ, ਇਹ ਨਾ ਇੱਧਰ ਦਾ ਨਾ ਉੱਧਰ ਦਾ ਹੁੰਦਾ, ਇਹ ਉਹ ਧੋਬੀ ਵਾਲਾ ਕਾਰੋਬਾਰ ਹੈਗਾ ਜੇ ਇਹਦਾ ਨਾ ਨਾ। ਇਹ ਕਹਾਵਤ ਹੈ ਕਿ ਧੋਬੀ ਦਾ ਕੁੱਤਾ ਨਾ ਘਰ ਨਾ ਘਾੜ ਦਾ, ਤੇ ਨਾ ਇਹ ਦਿੱਲੀ ਦਾ ਨਾ ਪੰਜਾਬ ਦਾ। ਇਸ ਲਈ ਮੈਂ ਤੁਹਾਨੂੰ ਇਹ ਕਿਹਾ ਬਈ ਇਹਨੇ ਕਿਸੇ ਜੋਗਾ ਵੀ ਨਹੀਂ ਜੇ ਰਹਿਣਾ,
ਦਿੱਲੀ ਦੇ ਅੰਦਰ ਲੋਕ ਇਹਨੂੰ ਕੁੱਟਣ ਫਿਰਦੇ ਆ, ਦਿੱਲੀ ਦੇ ਅੰਦਰ ਇਹਨੂੰ ਲੋਕ ਸੜਕਾਂ ਦੇ ਉੱਪਰ ਜਵਾਬ ਤਲਬੀ ਕਰਨ ਡੇ ਆ, ਪੰਜਾਬ ਦੇ ਵਿੱਚ ਆ ਕੇ ਇਹ ਆ ਕੇ ਝੂਠ ਸੱਚ ਬੋਲ ਰਿਹਾ। ਇਹ ਤੁਸੀਂ ਦੇਖਣਾ ਕਿ ਇਹਦਾ ਹਾਲ ਉਹੋ ਹੀ ਹੋਣਾ, ਨਾ ਖੁਦਾ ਮਿਲਾ ਨਾ ਵਿਸਾਲੇ ਸਨ। ਨਵਜੋਤ ਸਿੰਘ ਸਿੱਧੂ ਦਾ ਕੀ ਕਹੋਗੇ, ਉਹ ਹਜੇ ਤੱਕ? ਬਿਊਰੋ ਰਿਪੋਰਟ, ਪੰਜਾਬ ਟੂਡੇ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲਾਏ ਗਏ ਇੰਚਾਰਜ ਅਤੇ ਵਿਧਾਇਕ ਜਰਨੈਲ ਸਿੰਘ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਮੱਥਾ ਟੇਕਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਮੱਥਾ ਟੇਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਰਨੈਲ ਸਿੰਘ ਨੇ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਮੁਖੀ ਅਰਵਿੰਦ ਕੇਜਰੀਵਾਲ ਜਲਦੀ ਹੀ ਲੁਧਿਆਣਾ ਅਤੇ ਫਗਵਾੜਾ ਦੇ ਵਿਚਕਾਰ ਆਪਣੀ ਇੱਕ ਰਿਹਾਇਸ਼ ਰੱਖਣਗੇ, ਜਿੱਥੋਂ ਉਹ ਚੁਣਾਵੀ ਸਰਗਰਮੀਆਂ ਚਲਾਉਣਗੇ। ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਕੋਲ ਕੁਝ ਸਮਾਂ ਮੰਗਿਆ ਹੈ ਅਤੇ ਹੁਣ ਉਨ੍ਹਾਂ ਨੇ ਹੀ ਫੈਸਲਾ ਕਰਨਾ ਹੈ ਕਿ ਉਹ ਪਾਰਟੀ ਵਿੱਚ ਸ਼ਾਮਲ ਹੁੰਦੇ ਹਨ ਜਾਂ ਨਹੀਂ। ਸੁੱਚਾ ਸਿੰਘ ਛੋਟੇਪੁਰ ਦੀ ਨਾਰਾਜ਼ਗੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਆਪ ਇੱਕ ਲੋਕਤਾਂਤਰਿਕ ਪਾਰਟੀ ਹੈ ਅਤੇ ਲੋਕਤੰਤਰ ਵਿੱਚ ਅਜਿਹੇ ਗਿਲੇ ਸ਼ਿਕਵੇ ਹੁੰਦੇ ਹੀ ਰਹਿੰਦੇ ਹਨ ਜਿਨ੍ਹਾਂ ਨੂੰ ਜਲਦੀ ਹੀ ਸੁਲਝਾ ਲਿਆ ਜਾਵੇਗਾ। ਇਸ ਮੌਕੇ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਸਮੇਤ ਆਪ ਦੇ ਕਈ ਹੋਰ ਸੀਨੀਅਰ ਨੇਤਾ ਵੀ ਮੌਜੂਦ ਸਨ। ਅਸੀਂ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਨ ਆਏ ਸੀ ਕਿ ਇਸ ਸੁਖੀ ਵੱਸਦੇ ਪੰਜਾਬ ਨੂੰ ਜਿਹੜਾ ਉਜਾੜਿਆ, ਜਿਹੜਾ ਨਸ਼ਿਆਂ ਦੇ ਰਾਹ ਲਾ ਕੇ, ਜਿੱਥੇ ਅੱਜ ਨੌਕਰੀਆਂ ਨਹੀਂ ਨੇ, ਕੈਂਸਰ ਦੀ ਟ੍ਰੇਨ ਚੱਲਦੀ ਹੈ, ਜਿੱਥੇ ਅੱਜ ਪੰਜਾਬ ਤਰੱਕੀ 'ਚ ਪਿੱਛੇ ਚਲਾ ਗਿਆ, ਨੰਬਰ ਇੱਕ ਸੂਬਾ 23ਵੇਂ। ਹਾਂਜੀ, ਅਰਵਿੰਦ ਕੇਜਰੀਵਾਲ ਜੀ ਪੰਜਾਬ 'ਚ ਆਪਣੀ ਸ਼ਮੂਲੀਅਤ ਵਧਾਉਣ ਵਾਲੇ ਹੈ। ਮੇਰੇ ਨਾਲ ਉਹਨਾਂ ਦੀ ਗੱਲ ਹੋਈ ਸੀ, ਉਹ ਲੁਧਿਆਣੇ ਤੋਂ ਫਗਵਾੜੇ ਦੇ ਵਿੱਚ ਇੱਕ ਸੈਂਟਰ ਪੁਆਇੰਟ ਅਕੋਮੋਡੇਸ਼ਨ ਹੈ, ਘਰ ਨਹੀਂ, ਇੱਕ ਟਿਕਾਣਾ ਜਿੱਥੇ ਆ ਜਾਣ ਤਾਂ 3-4 ਦਿਨ ਟਿਕ ਸਕਣ ਅਤੇ ਮੂਵ ਕਰ ਸਕਣ, ਐਸੀ ਥਾਂ ਲੱਭ ਰਹੇ ਹਾਂ ਅਤੇ ਬਹੁਤ ਜਲਦੀ ਤੁਹਾਨੂੰ ਉਹਦੀ ਜਾਣਕਾਰੀ ਦੇ ਦਿੱਤੀ ਜਾਏਗੀ ਅਤੇ ਸ਼ਾਇਦ ਅਗਲੇ ਮਹੀਨੇ 'ਚ ਕੋਈ ਨਾ ਕੋਈ ਥਾਂ ਅਸੀਂ ਲੱਭ ਲਾਂਗੇ। ਇਹ ਸਿੱਧੂ ਸਾਹਿਬ ਨੂੰ ਤੈਅ ਕਰਨਾ ਜੀ, ਸਾਡੀ ਸਿੱਧੀ ਸਿੱਧੀ ਪਾਰਟੀ ਹੈ, ਸਿੱਧੀਆਂ ਸਿੱਧੀਆਂ ਗੱਲਾਂ, ਉਹਨਾਂ ਸਿੱਧੀਆਂ ਸਿੱਧੀਆਂ ਗੱਲਾਂ ਦੇ ਉੱਤੇ ਉਹ ਆ ਜਾਣਗੇ। ਸਾਡੇ ਦਰਵਾਜ਼ੇ ਖੁੱਲ੍ਹੇ ਆ ਜੀ, ਅਤੇ ਡਿਸਿਪਲਿਨ ਇੱਕ ਜਾਬਤਾ ਕਾਇਮ ਰੱਖਣਾ ਜ਼ਰੂਰੀ ਹੈ, ਔਰ ਮੈਨੂੰ ਲੱਗਦਾ ਕਿ ਮਾੜੀ ਮੋਟਾ ਰੋਸਾ ਚੱਲਦਾ ਰਹਿੰਦਾ ਪਰ ਡਿਸਿਪਲਿਨ ਦੇ ਉੱਤੇ ਜ਼ਰੂਰ ਪਹਿਰਾ ਦੇਣਾ ਚਾਹੀਦਾ। ਨਿਊਜ਼ ਡੈਸਕ ਤੋਂ ਡਾਕਟਰ ਰਜਿੰਦਰ ਸਿੰਘ ਦੀ ਰਿਪੋਰਟ, ਪੰਜਾਬ ਟੂਡੇ। ਗੁਰਦਾਸਪੁਰ 'ਚ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ 'ਚ ਗੋਲੀਆਂ ਚੱਲਣ ਨਾਲ ਤਾਏ ਭਤੀਜੇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਦੋਸ਼ੀ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਏ। ਜ਼ਿਲ੍ਹਾ ਪੁਲਿਸ ਮੁਖੀ ਜਸਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਦੋਸ਼ੀ ਬੂਆ ਸਿੰਘ ਵਾਸੀ ਸਿੰਬਲੀ ਪੁਲਿਸ ਥਾਣਾ ਕਾਨੂੰਵਾਨ ਨੇ ਆਪਣੇ ਗੰਨੇ ਦੇ ਖੇਤਾਂ ਵਿੱਚ ਦਵਾਈ ਦਾ ਛਿੜਕਾਅ ਕੀਤਾ ਹੋਇਆ ਸੀ। ਇਹ ਛਿੜਕਾਅ ਖੇਤਾਂ ਦੇ ਨਾਲ ਨਾਲ ਰਸਤੇ ਨਾਲ ਲੱਗਦੇ ਘਾਹ 'ਤੇ ਵੀ ਕਰ ਦਿੱਤਾ ਗਿਆ। ਇਸ ਵਿੱਚ ਪਿੰਡ ਦੇ ਸੁਖਦੇਵ ਸਿੰਘ ਦੀ ਇੱਕ ਕੀਮਤੀ ਗਾਂ ਉੱਥੋਂ ਘਾਹ ਚਰਨ ਲਈ ਚਲੀ ਗਈ ਅਤੇ ਘਾਹ ਖਾਣ ਨਾਲ ਗਾਂ ਦੀ ਮੌਤ ਹੋ ਗਈ, ਜਿਸ ਕਰਕੇ ਦੋਵਾਂ ਧਿਰਾਂ 'ਚ ਤਕਰਾਰ ਹੋ ਗਿਆ ਅਤੇ ਦੋਸ਼ੀ ਬੂਆ ਸਿੰਘ ਦੇ ਲੜਕਿਆਂ ਨੇ ਸੁਖਦੇਵ ਸਿੰਘ ਦੇ ਪੁੱਤਰ ਵਿਕਰਮਜੀਤ ਸਿੰਘ ਅਤੇ ਸਤਨਾਮ ਸਿੰਘ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਜਦ ਗੱਲ ਵੱਧ ਗਈ ਤਾਂ ਦੋਸ਼ੀਆਂ ਨੇ ਆਪਣੇ ਘਰ ਤੋਂ ਰਿਵਾਲਵਰ ਅਤੇ ਦੋਨਾਲੀ ਬੰਦੂਕ ਲਿਆ ਕੇ ਵਿਕਰਮਜੀਤ ਸਿੰਘ ਅਤੇ ਸਤਨਾਮ ਸਿੰਘ 'ਤੇ ਫਾਇਰ ਕਰ ਦਿੱਤਾ, ਜਿਸ ਨਾਲ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਗੱਲ ਹੈ, ਮੇਰਾ ਬ੍ਰਦਰ ਪੱਠੇ ਵੱਢਣ ਹਰ ਟਾਈਮ 'ਤੇ ਡੇਲੀ ਉਸੇ ਟਾਈਮ 'ਤੇ ਜਾਂਦੇ ਨੇ ਅਤੇ ਅੱਜ ਵੀ ਉਸੇ ਟਾਈਮ 'ਤੇ ਗਏ ਸੀ, ਪੱਠੇ ਵੱਢਣ ਜਾ ਰਹੇ ਸੀ, ਉੱਥੇ ਪੱਠੇ ਵੱਢਦੇ ਪਏ ਸੀ ਅਤੇ ਉਹਨਾਂ ਦੀ ਸਾਰੀ ਫੈਮਿਲੀ ਲਖਵਿੰਦਰ, ਧਨਮਿੰਦਰ, ਬੂਆ ਅਤੇ ਅੱਗੇ ਉਹਦੀ ਮੰਮਾ, ਉਹਦੇ ਬ੍ਰਦਰ ਜੋ ਵੀ ਸਾਰੇ ਜਣੇ ਉੱਥੇ ਆਏ, ਠੀਕ ਆ, ਅਤੇ ਉਹਨਾਂ ਨੇ ਮਤਲਬ ਕਿ ਇਹਨਾਂ ਨਾਲ ਮੂੰਹ ਦੇ ਨਾਲ ਗੱਲਬਾਤ ਕੀਤੀ ਅਤੇ ਉਹ ਜ਼ਿਆਦਾ ਤੂੰ ਮੈਂ ਕਰ ਰਹੇ ਸੀ ਅਤੇ ਬ੍ਰਦਰ ਨੇ ਕਿਹਾ ਕਿ ਤੁਸੀਂ ਜੋ ਵੀ ਗੱਲ ਕਰਨੀ ਹੈ ਬੈਠ ਕੇ ਗੱਲ ਕਰ ਲਵੋ, ਬਟ ਉਹ ਬੈਠੇ ਨਹੀਂ, ਉਹਨਾਂ ਨੇ ਪਹਿਲਾਂ ਹੀ ਆਪਣਾ ਇੰਤਜ਼ਾਮ ਕੀਤਾ ਸੀ ਅਤੇ ਉਹ ਮਤਲਬ ਕਿ ਆਉਣ ਲੱਗੇ ਮੇਰੇ ਬ੍ਰਦਰ, ਉਹਨਾਂ ਨੇ ਫੈਰ ਕਰ ਦਿੱਤਾ, ਉਹ ਮਤਲਬ ਕਿ ਚੱਲਦੇ ਪਏ ਸੀ ਅਤੇ ਉਹਨਾਂ ਨੇ ਫਿਰ ਦੂਸਰਾ ਫੈਰ ਉਹਦੇ ਉੱਪਰ ਛੱਡ ਦਿੱਤਾ। ਫਿਰ ਆਹ ਫੈਰ ਦੀ ਆਵਾਜ਼ ਸੁਣੀ, ਮੇਰੇ ਪਾਪਾ ਚਲੇ ਗਏ, ਗਨ ਲੱਗ ਗਏ ਪਏ ਸੀ, ਚੁੱਕ ਕੇ ਲੈ ਗਏ, ਉੱਥੇ ਜਾ ਕੇ ਪਾਪਾ ਚਲਾਉਣ ਲੱਗੇ ਅਤੇ ਉਹ ਫੈਰ ਹੈ ਹੀ ਨਹੀਂ ਸੀ ਵਿੱਚ ਅਤੇ ਉਹਨਾਂ ਨੇ ਪਾਪਾ ਦੇ ਉੱਪਰ ਵੀ ਗੋਲੀ ਚਲਾ ਦਿੱਤੀ। ਆਹ ਸੁਣ ਕੇ ਫਿਰ ਮੇਰੇ ਚਾਚੂ ਜਿਹੜੇ ਸੀ ਬਲਦੇਵ ਸਿੰਘ ਅਤੇ ਉਹਨਾਂ ਦਾ ਕਜ਼ਨ ਜਸਪ੍ਰੀਤ ਸਿੰਘ ਅਤੇ ਖੁਜਾਨ ਸਿੰਘ ਸਾਰੇ ਜਣੇ ਉੱਥੇ ਚਲੇ ਗਏ, ਉਹਨਾਂ ਨੇ ਜਾ ਕੇ ਉਹਨਾਂ ਨੂੰ ਫੜਿਆ
ਦੋ ਪੈਰ ਪਾਪਾ ਤੇ ਵੀ ਕਰ ਦਿੱਤੇ ਸੀ, ਦੋ ਪੈਰ ਹੀ ਮੇਰੇ ਕਜ਼ਨ ਦੇ ਉੱਪਰ ਕਰ ਦਿੱਤੇ ਸੀ। ਉਹਨਾਂ ਨੂੰ ਰੋਕਿਆ, ਰੋਕ ਕੇ ਉਹ ਚਲੇ ਗਏ ਆਪਣੀ ਸਾਰੀ ਫੈਮਿਲੀ ਨੂੰ ਨਾਲ ਲੈ ਕੇ ਉਹ ਗੱਡੀ ਦੇ ਵਿੱਚ। ਇਹ ਸਿਮਲੀ ਪਿੰਡ ਦੇ ਵਿੱਚ ਬੂਆ ਸਿੰਘ ਆੜਤੀ ਆ, ਉਹਦਾ ਗਾਈ ਤੋਂ ਝਗੜਾ ਹੋਇਆ ਸੀ। ਉਹਨੇ ਆਪਣੇ ਖੇਤਾਂ ਦੇ ਸਾਹਮਣੇ ਸਪਰੇਅ ਕੀਤੀ ਸੀ ਅਤੇ ਸਤਨਾਮ ਸਿੰਘ ਅਤੇ ਵਿਕਰਮ ਸਿੰਘ ਦੇ ਸਾਹਮਣੇ ਘਰ ਦੇ ਉਹਦੇ ਆਪਣਾ ਕਮਾਦ ਦੇ ਖੇਤ ਸੀ, ਉੱਥੇ ਗਾਈ ਕਿਤੇ ਚਰ ਰਹੀ ਸੀ ਅਤੇ ਉਹ ਮਰ ਗਈ। ਉੱਥੋਂ ਇਹਨਾਂ ਦਾ ਘਰ ਰਾਜੀਨਾਮਾ ਹੋ ਗਿਆ ਸੀ, ਲੋਕਲ ਬੰਦੇ ਰਾਜੀਨਾਮਾ ਕਰਾ ਦਿੱਤਾ। ਅੱਜ ਸਵੇਰੇ ਇਹਨਾਂ ਉਸੇ ਵਜ੍ਹਾ ਰੰਜਿਸ਼ ਰੱਖ ਕੇ ਸਤਨਾਮ ਬੂਆ ਸਿੰਘ ਪਾਰਟੀ ਨੇ ਸਤਨਾਮ ਸਿੰਘ ਅਤੇ ਵਿਕਰਮ ਸਿੰਘ 'ਤੇ ਗੋਲੀਆਂ ਚਲਾ ਕੇ ਦੋ ਬੰਦਿਆਂ ਦੀ ਮੌਤ ਹੋ ਗਈ ਉਹਦੇ ਵਿੱਚ, ਅਤੇ ਪੁਲਿਸ ਕਾਰਵਾਈ ਕਰ ਰਹੀ ਆ। ਵਿਕਰਮ ਸਿੰਘ ਅਤੇ ਸਤਨਾਮ ਸਿੰਘ ਆਪਸ 'ਚ ਤਾਇਆ ਅਤੇ ਭਤੀਜਾ ਲੱਗਦੇ ਸੀਗੇ। ਉਹ ਜੋ ਵੀ ਮਦਈ ਬਿਆਨ ਦੇਣਗੇ ਉਸ ਹਿਸਾਬ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਦੋਸ਼ੀ ਫਰਾਰ ਨੇ, ਦੋਸ਼ੀਆਂ 'ਤੇ ਰੇਡ ਕੀਤੇ ਜਾ ਰਹੇ ਨੇ। ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ, ਪੰਜਾਬ ਟੁਡੇ। ਜ਼ਮੀਨ ਖਿਸਕਣ ਕਾਰਨ ਬੀਤੇ ਦਿਨੀ ਮਾਤਾ ਵੈਸ਼ਨੋ ਦੇਵੀ ਮੰਦਰ ਨੇੜੇ ਗੇਟ ਤੇ ਸੁਰੱਖਿਆ ਵਜੋਂ ਤੈਨਾਤ ਹੁਸ਼ਿਆਰਪੁਰ ਦੇ CRPF ਦੇ ਜਵਾਨ ਹਰਵਿੰਦਰ ਸਿੰਘ ਦੀ ਮੌਤ ਹੋ ਗਈ ਸੀ, ਜਿਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਘਾਲੀਆ 'ਚ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਸ਼ਹੀਦ ਨੂੰ ਮੁੱਖ ਅਗਨੀ ਉਨ੍ਹਾਂ ਦੀ ਬੇਟੀ ਰਵਨੀਤ ਕੌਰ ਨੇ ਦਿੱਤੀ। ਜਾਣਕਾਰੀ ਮੁਤਾਬਕ ਬੀਤੇ ਦਿਨੀ ਜੰਮੂ ਤੋਂ ਮਾਤਾ ਵੈਸ਼ਨੋ ਦੇਵੀ ਮੰਦਰ ਨੂੰ ਜਾਂਦੇ ਸਮੇਂ ਗੇਟ ਨੰਬਰ 2 ਦੇ ਨੇੜੇ ਹੋਈ ਬਾਰਿਸ਼ ਤੋਂ ਬਾਅਦ ਜ਼ਮੀਨ ਖਿਸਕ ਗਈ ਸੀ, ਜਿਸ ਕਾਰਨ ਉੱਥੇ ਸੁਰੱਖਿਆ 'ਚ ਖੜ੍ਹੇ ਜਵਾਨ ਹਰਵਿੰਦਰ ਸਿੰਘ ਹੇਠਾਂ ਦੱਬ ਗਏ। ਇਸ ਮੌਕੇ ਪ੍ਰਸ਼ਾਸਨ ਵੱਲੋਂ ਸਿਵਲ ਅਧਿਕਾਰੀਆਂ ਤੋਂ ਇਲਾਵਾ ਵਿਧਾਇਕ ਸੁਖਜੀਤ ਕੌਰ ਸ਼ਾਹੀ ਵੀ ਮੌਜੂਦ ਸਨ। भवन के पास गेट नंबर 3 पे ड्यूटी में थे और उसके पास एक साइड में पहाड़ी है, एक पास साइड में ढलान है। तो बड़ा बोल्डर जो 10 फीट से बड़ा था, वो काफ़ी भारी था, वो वहाँ से खिसकने से इसके ऊपर आ गिरा, जिससे इसकी शहादत हो गई। जिस समय ये हादसा हुआ तो उस समय कुछ लोगों ने ये थोड़ा सा छोटे छोटे पत्थर वहाँ से ऐसे लगे के गिर रहे हैं उससे बड़ी चट्टान के गिरने से पहले, तो इन्होंने शायद कुछ लोगों को धक्का दे के बचाया है और ये उसके पत्थर की चपेट में आ गए और उसके नीचे आके इनकी शहादत हो गई। इनको क्या मदद मिलने की? इनको SMBD की तरफ से भी मदद दी जाती है, 3 लाख रुपया वो देते हैं और बाकी CRP की तरफ से जो भी सारी शायद वो इमिडिएटली मदद इनको दी जाती है। और इसमें जो नेक्स्ट ऑफ किन है उनके जो भी होगा, अगर वो जिसके लिए एलिजिबिलिटी होगा, जैसे इनकी अभी बेटी है जो 11वीं में अभी पढ़ती है, तो अगर वो इसमें इसके लायक होंगे, मतलब पूरी शर्तें बाकी पूरी करती होंगी और आना चाहेंगी, तो डिपार्टमेंट उनको। हुशियारपुर तो योगेश बहल की रिपोर्ट, पंजाब टुडे। ਪੰਜਾਬ ਦੀ ਅਕਾਲੀ ਸਰਕਾਰ ਸੂਬੇ 'ਚ ਵਿਕਾਸ ਦੇ ਦਾਅਵੇ ਕਰ ਰਹੀ ਹੈ। ਇਸੇ ਵਿਕਾਸ ਦਾ ਹਵਾਲਾ ਦਿੰਦਿਆਂ ਸੂਬੇ 'ਚ ਤੀਜੀ ਵਾਰ ਅਕਾਲੀ ਭਾਜਪਾ ਸਰਕਾਰ ਬਣਨ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ। ਪਰ ਪੰਜਾਬ 'ਚੋਂ ਆ ਰਹੀਆਂ ਕੁਝ ਤਸਵੀਰਾਂ ਸੂਬਾ ਸਰਕਾਰ ਦੇ ਵਿਕਾਸ ਦੀਆਂ ਪੋਲ ਖੋਲ ਰਹੀਆਂ ਹਨ। ਖਬਰ ਮੋਗਾ ਤੋਂ ਹੈ, ਜਿੱਥੇ ਸੀਜ਼ਨ ਦੇ ਪਹਿਲੇ ਭਾਰੀ ਮੀਂਹ ਨੇ ਹੀ ਪੂਰੀ ਸੜਕ ਨੂੰ ਹੇਠਾਂ ਧੱਸ ਦਿੱਤਾ ਹੈ। ਜਾਣਕਾਰੀ ਮੁਤਾਬਕ ਕੱਲ੍ਹ ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਪਿਆ। ਮੋਗਾ 'ਚ ਵੀ ਲੋਕਾਂ ਨੇ ਸੀਜ਼ਨ ਦੀ ਪਹਿਲੀ ਬਾਰਿਸ਼ ਦੇਖੀ। ਮੀਂਹ ਦੇ ਆਉਂਦੇ ਹੀ ਲੋਕਾਂ ਨੇ ਗਰਮੀ ਤੋਂ ਰਾਹਤ ਦੀ ਉਮੀਦ ਕੀਤੀ, ਪਰ ਸ਼ਾਇਦ ਇਹਨਾਂ ਨੂੰ ਨਹੀਂ ਪਤਾ ਸੀ ਕਿ ਮੀਂਹ ਦੀ ਇਸ ਰਫ਼ਤਾਰ ਸਾਹਮਣੇ ਬਾਦਲ ਸਰਕਾਰ ਦਾ ਵਿਕਾਸ ਨਹੀਂ ਟਿਕ ਸਕੇਗਾ। ਅਤੇ ਹੋਇਆ ਵੀ ਕੁਝ ਇੰਜ। ਇਸੇ ਮੀਂਹ ਦੇ ਚੱਲਦੇ ਮੋਗਾ ਦੇ ਗੋਂਦੇਵਾਲਾ ਰੋਡ ਤੇ ਸੜਕ ਦਾ ਵੱਡਾ ਹਿੱਸਾ ਬੁਰੀ ਤਰ੍ਹਾਂ ਨਾਲ ਧਸ ਗਿਆ ਅਤੇ ਪੂਰਾ ਰਸਤਾ ਹੀ ਬੰਦ ਹੋ ਗਿਆ। ਜਿਹੜਾ ਅੱਜ ਆਪਾਂ ਇਹ ਖੱਡਾ ਦੇਖਦੇ, ਇਹਦਾ ਸਭ ਤੋਂ ਵੱਡਾ ਮੇਨ ਕਾਰਨ ਹੈਗਾ ਜੀ ਜਿਹੜੇ ਇੱਥੋਂ ਦੇ MC ਨਗਰ ਨਿਗਮ, ਅਤੇ ਉਸ ਤੋਂ ਬਾਅਦ ਜਿਹਨੇ ਇਹਦੀ ਜਾਂਚ ਕੀਤੀ ਆ। ਇਸ ਤੋਂ ਬਾਅਦ ਘਟੀਆ ਮਟੀਰੀਅਲ ਉਹਨਾਂ ਨੇ ਯੂਜ਼ ਕੀਤਾ ਅਤੇ ਆਪਦਾ ਸਵਾਰਥ ਪੂਰਾ ਕਰਨ ਲਈ ਉਹਨਾਂ ਨੇ ਇੱਥੇ ਘਟੀਆ ਮਟੀਰੀਅਲ ਮੋਗਾ 'ਚ ਜਾਂ ਸੜਕਾਂ ਦਾ ਯੂਜ਼ ਕੀਤਾ ਜਾ ਰਿਹਾ। ਬਾਕੀ ਆਪਾਂ ਅੱਜ ਤੋਂ ਕੁਛ ਦਿਨ ਪਹਿਲਾਂ ਇੱਕ ਡਿਬੇਟ 'ਚ ਹੋਈ ਸੀ, ਡਿਬੇਟ 'ਚ ਇਹਨਾਂ ਨੇ MCਾਂ ਨੇ ਖੁਦ ਇਹ ਕਬੂਲ ਕੀਤਾ ਸੀ ਕਿ ਸਾਡੇ ਕੋਲ 64 ਕਰੋੜ ਰੁਪਇਆ ਸਾਡੇ ਨਗਰ ਨਿਗਮ ਕੋਲ ਪਿਆ, ਪਰ ਇਹਨਾਂ ਦੀ ਆਪਸੀ ਗਰੁੱਪਬਾਜ਼ੀ ਕਾਰਨ, ਆਪਦੀ ਧੜੇਬੰਦੀ ਕਾਰਨ ਇਹ ਮੋਗੇ ਦਾ ਵਿਕਾਸ ਨਹੀਂ ਹੋਣ ਦੇ ਰਹੇ ਨੇ। ਇਹਨਾਂ ਦੀ ਆਪਦੀ ਗਰੁੱਪਬਾਜ਼ੀ ਜਿਹੜੀ ਆ ਉਹ ਮੋਗਾ ਦੇ ਲੋਕਾਂ ਨੂੰ ਲੈ ਡੁੱਬੂਗੀ। ਮੋਗਾ ਤੋਂ ਬਿੱਟੂ ਪੁਰਬਾ ਦੀ ਰਿਪੋਰਟ, ਪੰਜਾਬ ਟੁਡੇ।
ਮੇਰੇ ਸੁਨੀਲ ਗਰੋਵਰ ਵੱਲੋਂ ਪੰਜਾਬ ਟੂਡੇ ਨੂੰ ਬਹੁਤ ਬਹੁਤ ਵਧਾਈਆਂ। ਤੁਸੀਂ ਪੰਜਾਬ ਨੂੰ 6 ਆਪ ਬਣਾ ਲਓ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜਿਮੀ ਸ਼ੇਰਗਿੱਲ ਅਤੇ ਤੁਸੀਂ ਵੇਖ ਰਹੇ ਹੋ ਪੰਜ ਆਪ ਟੂਡੇ।